ਦੋਨੋਂ ਪਾਸੇ ਵੈਪਨ ਸੀਗੇ ਅਤੇ ਟੈਂਪਰਸ ਹਾਈ ਸੀਗੇ ਇਮੋਸ਼ਨਸ ਹਾਈ ਸੀਗੇ ਜਿਹੜਾ ਹਵਾਈ ਫਾਇਰ ਹੋ ਰਿਹਾ ਸੀਗਾ ਉਹ ਪੁਲਿਸ ਕਰਕੇ ਹੋ ਰਿਹਾ ਸੀਗਾ ਨਹੀਂ ਤਾਂ ਆਮਨੇ ਸਾਹਮਣੇ ਵੀ ਹੋ ਸਕਦਾ ਸੀ ਜਦੋਂ ਇਹ ਵੀਡੀਓ ਇੱਕ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਬੜੀ ਅਫਵਾਹ ਫੈਲ ਗਈ ਕਿ ਉੱਥੇ ਕਈ ਮੌਤਾਂ ਹੋ ਗਈਆਂ ਨੇ ਉੱਥੇ ਭੰਨ ਤੋੜ ਬਹੁਤ ਜ਼ਿਆਦਾ ਹੋ ਗਈ ਇੱਕ ਗੱਲ ਕਲੀਅਰ ਕਰ ਦਿਓ ਵੀ ਜ਼ਖਮੀ ਹੋਏ ਨੇ ਕਿ ਜਾਂ ਕਿਸੇ ਦੀ ਮੌਤ ਵੀ ਹੋਈ ਹੈ ਕਿਸੇ ਦੇ ਗੋਲੀ ਲੱਗੀ ਹੈ ਆਲ ਆਰ ਆਊਟ ਆਫ ਡੇਂਜਰ ਆਲ ਆਰ ਇਨ ਜਨਰਲ ਵਾਰਡ ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ ਹੈ ਕਿਸੇ ਨੂੰ ਡਿੱਗ ਕੇ ਸੱਟ ਆਈ ਹੈ ਕਿਸੇ ਨੂੰ ਕੋਈ ਡੰਡੇ ਨਾਲ ਸੱਟ ਆਈ ਹੈ ਕਿਸੇ ਨੂੰ ਕੋਈ ਕਿਰਪਾਨ ਨਾਲ ਸੱਟ ਆਈ ਹੈ ਹੋਰ ਕੁਛ ਵੀ ਨਹੀਂ ਜਦੋਂ ਐਡੀ ਵੱਡੀ ਘਟਨਾ ਵਾਪਰੀ ਹੈ ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਉਦੋਂ ਤੱਕ ਕੀ ਇੱਥੇ ਸਿਚੁਏਸ਼ਨ ਕੀ ਸੀਗੀ ਇੱਥੇ ਕੀ ਗੱਲਬਾਤ ਹੋ ਰਹੀ ਸੀ ਜਾਂ ਝੜਪ ਹੋ ਗਈ ਸੀ ਗੋਲੀ ਚੱਲ ਗਈ ਸੀ ਥੋੜ੍ਹਾ ਜਿਹਾ ਤੂਤੂ ਮੈਂ ਦੋ ਦਿਨ ਦੋ ਤਿੰਨ ਦਿਨ ਪਹਿਲਾਂ ਹੋਈ ਸੀਗੀਆਂ ਦੋਨੋਂ ਪਾਰਟੀਆਂ ਨੂੰ ਬੋਲ ਕੇ ਆਪਾਂ ਸਮਝਾ ਬੁਝਾ ਕੇ ਭੇਜਤਾ ਸੀਗਾ ਅਤੇ ਚਲੀ ਗਈਆਂ ਸੀਗੀਆਂ ਹਵਾਈ ਫਾਇਰਿੰਗ ਵੀ ਹੋਈ ਥੋੜ੍ਹੀ ਦੋਨੋਂ ਤਰਫਾਂ ਸਾਨੂੰ ਲੱਗਿਆ ਪਤਾ ਮੈਂ ਸੀਨੀਅਰ ਅਫਸਰਾਂ ਦੇ ਨੋਟਿਸ ਲੈ ਕੇ ਆਇਆ ਜੀ ਫਿਰ ਆਪਾਂ ਲਾਠੀ ਚਾਰਜ ਕੀਤਾ ਜੀ ਇੱਦਾਂ ਦਾ ਪਤਾ ਲੱਗਿਆ ਵੀ ਹਵਾਈ ਫਾਇਰ ਕਿੱਧਰੋਂ ਜ਼ਿਆਦਾ ਹੋਏ ਪਥਰਾਵ ਜਦ ਸ਼ੁਰੂ ਹੋ ਗਿਆ ਵਿਦ ਇਨ ਅ ਮੈਟਰ ਆਫ 5-10 ਮਿੰਟਸ ਪੁਲਿਸ ਵਿੱਚ ਪਹੁੰਚ ਗਈ ਇੱਦਾਂ ਦੀ ਲੋਅ ਐਂਡ ਆਰਡਰ ਸਿਚੁਏਸ਼ਨ 'ਚ ਮੌਕੇ 'ਤੇ ਡਿਸੀਜਨ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਮੌਕੇ 'ਤੇ ਦੋ ਤਿੰਨ ਅਫਸਰ ਸੀਗੇ ਅਤੇ 70-80 ਮੁਲਾਜ਼ਮ ਸੀਗੇ ਉਹ ਦੋਨੋਂ ਪਾਰਟੀਆਂ ਦੇ ਵਿੱਚ ਖੜ੍ਹੇ ਹੋ ਗਏ ਜੀ ਡੇਰਾ ਬਿਆਸ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਦੇ ਵਿਚਾਲੇ ਕੱਲ੍ਹ ਜ਼ਬਰਦਸਤ ਝੜਪ ਹੋਈ ਝੜਪ ਤੋਂ ਬਾਅਦ ਪੁਲਿਸ ਨੇ ਮੋਰਚਾ ਸਾਂਭਿਆ ਪੁਲਿਸ ਨੇ ਆਪਣੇ ਪੱਧਰ ਦੇ ਉੱਪਰ ਬੜੇ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ ਹੁਣ ਇਸ ਵੇਲੇ ਕੀ ਸਿਚੁਏਸ਼ਨ ਆ ਸਾਰੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅੰਮ੍ਰਿਤਸਰ ਦਿਹਾਤੀ ਦੇ SSP ਸਵਪਨ ਸ਼ਰਮਾ ਨੇ ਗੱਲਬਾਤ ਕਰਦੇ ਹਾਂ SSP ਸਾਹਿਬ ਹੁਣ ਇਸ ਵੇਲੇ ਕੀ ਸਿਚੁਏਸ਼ਨ ਆ ਦੋਵੇਂ ਪਾਸੇ ਤੁਸੀਂ ਗੱਲਬਾਤ ਕੀਤੀ ਹੋਊਗੀ ਕੀ ਕਹਿਣਾ ਦੋਵੇਂ ਪਾਸਿਆਂ ਤੋਂ ਦੋਨੋਂ ਪਾਸੇ ਪੀਸਫੁਲ ਹੈ ਦੇ ਆਰ ਸੈਟਿਸਫਾਈਡ ਵਿਦ ਦਾ ਪੁਲਿਸ ਐਕਸ਼ਨ ਅਤੇ ਦੋਨੋਂ ਪਾਸਿਆਂ ਤੋਂ ਜਿਹੜੇ ਜਿਹੜੇ ਲੋਕ ਐਡਮਿਟ ਸੀਗੇ ਉਹਨਾਂ ਦੇ ਬਿਆਨ ਲਿੱਤੇ ਗਏ ਹੈ MLRs ਕੁਛ ਦੀ ਆ ਗਈ ਹੈ FIR ਜਿਹੜੀ ਹੈ ਉਹ ਰਜਿਸਟ੍ਰੇਸ਼ਨ ਜਿਹੜੀ ਉਹ ਹੋ ਰਹੀ ਹੈ ਕੱਲ੍ਹ ਜਿੱਦਾਂ ਦੀ ਸਿਚੁਏਸ਼ਨ ਸੀਗੀ ਪੁਲਿਸ ਦੀ ਕਾਰਗੁਜ਼ਾਰੀ ਦੇਖੀ ਬੜੀ ਸਖਤ ਸੀਗੀ ਇਹ ਤੁਹਾਡੇ ਵੱਲੋਂ ਐਕਸ਼ਨ ਲਿਆ ਗਿਆ ਜਿਸ ਤਰੀਕੇ ਦਾ ਇਹ ਉੱਥੇ ਲੈਣਾ ਜ਼ਰੂਰੀ ਸੀਗਾ ਕਿ ਜਾਂ ਫਿਰ ਪੁਲਿਸ ਦੇ ਵੱਲੋਂ ਕੀ ਜਿਹੜਾ ਰੋਲ ਨਿਭਾਇਆ ਗਿਆ ਦੇਖੀਏ ਇੱਦਾਂ ਦੀ ਲੋਅ ਆਰਡਰ ਸਿਚੁਏਸ਼ਨ 'ਚ ਮੌਕੇ 'ਤੇ ਡਿਸੀਜਨ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਸਿਚੁਏਸ਼ਨ ਇਹ ਸੀਗੀ ਕਿ ਹਾਈਵੇ ਚੱਲ ਰਿਹਾ ਸੀਗਾ ਉੱਥੇ ਸ਼ਰਧਾਲੂ ਸੀਗੇ ਜਿਨ੍ਹਾਂ ਨੇ ਗਣੇਸ਼ ਚਤੁਰਥੀ ਦਾ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਨਾ ਸੀਗਾ 100-150 ਗੱਡੀਆਂ ਉਹ ਖੜ੍ਹੀ ਸੀਗੀਆਂ ਹਾਈਵੇ 'ਤੇ ਜਨਰਲ ਹਾਈਵੇ ਟ੍ਰੈਫਿਕ ਸੀਗਾ ਇੱਕ ਤਰਫ ਨਿਹੰਗ ਸਿੰਘਾਂ ਦੀ ਜਥੇਬੰਦੀ ਸੀਗੀ ਦੂਜੀ ਤਰਫ ਸੜਕ ਦੇ ਡੇਰਾ ਬਿਆਸ ਦੇ ਫੋਲੋਅਰ ਸੀਗੇ ਹੁਣ ਇੱਦਾਂ ਦੀ ਸਿਚੁਏਸ਼ਨ 'ਚ ਸਖਤ ਐਕਸ਼ਨ ਨਹੀਂ ਲਿਆ ਹੁੰਦਾ ਆਪਾਂ ਤਾਂ ਕੋਈ ਨਾ ਕੋਈ ਕੈਜੂਅਲਟੀ ਹੋ ਜਾਂਦੀ ਇਹ ਕੋਈ ਪਹਿਲਾਂ ਇਨਫੋਰਮੇਸ਼ਨ ਸੀ ਕਿ ਇੱਦਾਂ ਦੀ ਘਟਨਾ ਵਾਪਰ ਸਕਦੀ ਹੈ ਕਿ ਜਾਂ ਮੌਕੇ ਦੇ ਉੱਪਰ ਹੀ ਸਭ ਕੁਛ ਹੋਇਆ ਥੋੜ੍ਹਾ ਜਿਹਾ ਤੂਤੂ ਮੈਂ ਦੋ ਤਿੰਨ ਦਿਨ ਪਹਿਲਾਂ ਹੋਈ ਸੀਗੀਆਂ ਦੋਨੋਂ ਪਾਰਟੀਆਂ ਨੂੰ ਬੋਲ ਕੇ ਆਪਾਂ ਸਮਝਾ ਬੁਝਾ ਕੇ ਭੇਜਤਾ ਸੀਗਾ ਅਤੇ ਚਲੀ ਗਈਆਂ ਸੀਗੀਆਂ ਲੇਕਿਨ ਕੁਛ ਸ਼ਰਾਰਤੀ ਅਨਸਰ ਜਿਹੜੇ ਸੀਗੇ ਉਹਨਾਂ ਨੇ ਕੱਲ੍ਹ 3-4 ਦੇ ਵਿੱਚ ਇੱਕ ਦੂਜੇ ਨੂੰ ਪ੍ਰੋਵੋਕ ਕੀਤਾ ਅਤੇ ਸਾਡੇ ਕੋਲ ਇਨਫੋਰਮੇਸ਼ਨ ਕੋਈ 15-20 ਮਿੰਟ ਬਾਅਦ ਆ ਗਈ ਸੀਗੀ ਫੋਰਸ ਰਸ਼ ਕੀਤੀ ਗਈ ਅਤੇ ਮੌਕੇ 'ਤੇ 2-3 ਅਫਸਰ ਸੀਗੇ ਅਤੇ 70-80 ਮੁਲਾਜ਼ਮ ਸੀਗੇ ਉਹ ਦੋਨੋਂ ਪਾਰਟੀਆਂ ਦੇ ਵਿੱਚ ਖੜ੍ਹੇ ਹੋ ਗਏ ਜੀ ਅਤੇ ਫਿਰ ਪਥਰਾਵ ਜਦ ਚੱਲ ਰਿਹਾ ਸੀਗਾ ਉਹਨਾਂ ਨੇ ਕਨਵਿੰਸ ਪਹਿਲਾਂ ਤਾਂ ਕਨਵਿੰਸ ਕੀਤਾ ਫਿਰ ਜਦ ਹਵਾਈ ਫਾਇਰਿੰਗ ਵੀ ਹੋਈ ਥੋੜ੍ਹੀ ਦੋਨੋਂ ਤਰਫਾਂ ਤੋਂ ਫਿਰ ਜਦ ਸਾਨੂੰ ਲੱਗਿਆ ਪਤਾ ਮੈਂ ਸੀਨੀਅਰ ਅਫਸਰਾਂ ਦੇ ਨੋਟਿਸ ਲੈ ਕੇ ਆਇਆ ਜੀ ਫਿਰ ਆਪਾਂ ਲਾਠੀ ਚਾਰਜ ਕੀਤਾ ਜੀ ਜਦੋਂ ਹਵਾਈ ਫਾਇਰ ਹੋਏ ਨੇ ਉਸ ਤੋਂ ਬਾਅਦ ਲਾਠੀ ਚਾਰਜ ਹੋਇਆ ਕਿ ਪੁਲਿਸ ਦੇ ਵੱਲੋਂ ਵੀ ਹਵਾਈ ਫਾਇਰ ਕੀਤੇ ਗਏ ਨਹੀਂ ਪੁਲਿਸ ਵੱਲੋਂ ਇੱਕ ਫਾਇਰ ਵੀ ਨਹੀਂ ਹੋਇਆ ਆਪਾਂ ਲਾਠੀ ਚਾਰਜ ਕੀਤਾ ਇੱਦਾਂ ਦਾ ਪਤਾ ਲੱਗਿਆ ਵੀ ਹਵਾਈ ਫਾਇਰ ਕਿੱਧਰੋਂ ਜ਼ਿਆਦਾ ਹੋਏ ਨੇ ਜਾਂ ਟੋਟਲ ਹਵਾਈ ਫਾਇਰ ਕਿੰਨੇ ਹੋਏ ਨੇ ਕੋਈ 10-12 ਦੇ ਕਰੀਬ ਹਵਾਈ ਫਾਇਰ ਹੋਏ ਇਹ ਵੀ ਗੱਲ ਹੈ ਕਿ ਜਦੋਂ ਐਡੀ ਵੱਡੀ ਘਟਨਾ ਵਾਪਰੀ ਹੈ ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਉਦੋਂ ਤੱਕ ਕੀ ਇੱਥੇ ਸਿਚੁਏਸ਼ਨ ਕੀ ਸੀਗੀ ਇੱਥੇ ਕੀ ਗੱਲਬਾਤ ਹੋ ਰਹੀ ਸੀ ਜਾਂ ਝੜਪ ਹੋ ਗਈ ਸੀ ਗੋਲੀ ਚੱਲ ਗਈ ਸੀ ਨਾ ਝੜਪ ਚੱਲ ਰਹੀ ਸੀਗੀ ਵਿੱਚ ਵਿੱਚ ਕੋਈ ਬੰਦਾ ਆ ਰਿਹਾ ਸੀਗਾ ਗਾਲੀ ਗਲੋਚ ਕਰ ਰਿਹਾ ਸੀਗਾ ਆਪਣੇ ਡੇਰੇ 'ਚ ਵਾਪਸ ਜਾ ਰਿਹਾ ਸੀਗਾ ਬਟ ਵਿਦ ਇਨ ਮੈਟਰ ਆਫ 15-20 ਮਿੰਟਸ ਉਹ ਪਥਰਾਵ ਸ਼ੁਰੂ ਹੋ ਗਿਆ
पथराव जब शुरू हो गया विद इन अ मैटर ऑफ 5-10 मिनट्स पुलिस बच्चे पहुँच गई जिदा मैं थोनू कहा। तो जब मैं पहुँचया तो उस टाइम तो आखिरी 2-3 गोलियां चली तो लाठीचार्ज हो रहा है। लाठीचार्ज का इमीजिएटली उस वे ऑर्डर दे देते कि लाठीचार्ज कर दो। हाँ जी लाठीचार्ज कर दो, इन्हों आमने सामने नहीं होने देना। अगर पुलिस जे ये एक्शन ना लेंदी तुहाडे तजर्बे के हिसाब नाल इत्थे की कुछ हो सकता सी जो माहौल सीगा? देखो दोनों पासे वेपन सीगे ते टेंपर्स हाई सीगे इमोशंस हाई सीगे, जिहड़ा हवाई फायर हो रहा सीगा वो पुलिस करके हो रहा सीगा, नहीं तो आमने सामने भी हो सकता सी। ये भी गल है कि जिवें तुसीं पहला भी दस्या कि गणेश जी की मूर्ति लई उत्थे लोग पहुँचे सीगे, कि उन्हां दीआं गड्डियां नूं नुकसान या फिर उन्हां लोकां नूं भी नुकसान होया जिहड़े इन्हां दे विच नहीं सीगे? लोकां नूं नुकसान नहीं होया किसी नूं भी, उन्हां दी एवैकुएशन आपां फटाफट कर ली सीगी। ट्रैफिक कोई 1.5-2 घंटे तक जाम रहा है नैशनल हाईवे का, वो सुचारू रूप तों शुरू करता सीगा। इन्हां दी 2 गड्डियां सीगियां जिन्हां दे पिछे वाला शीशा जिहड़ा है वो टुट्टिया सी, क्रैक होया सीगा। जदों ये वीडियो एक वायरल होंदी है उस तो बाद बड़ी अफवाह फैल गई कि उत्थे कई मौतां हो गई ने, उत्थे भन तोड़ बहुत ज़्यादा होगी। एक गल क्लीयर कर दिओ भी जख्मी होए ने कि जां किसी की मौत भी हुई है, किसी दे गोली लगी है? दस्सां जी 2 मुलाजम साढ़े जख्मी हुए हैं, डेरा समर्थक जिहड़े हैं वो 4 जख्मी हुए हैं, तो निहंग सिंघां दी जिहड़ी जथेबंदी है उन्हां दे 6 बंदे जख्मी हुए हैं। ऑल आर आउट ऑफ डेंजर, ऑल आर इन जनरल वार्ड, किसी नूं कोई गोली नहीं लगी है, किसी नूं डिग के सट आई है, किसी नूं कोई डंडे नाल सट आई है, किसी नूं कोई कृपान नाल सट आई है, और कुछ भी नहीं है। ये जिहड़ा सोशल मीडिया ते चल रहा सीगा ये मेरा परसनल मानना है ये बहुत अनरिस्पोंसिबल बिहेवियर है, इदां दी चीज़ां नहीं होनी चाहिए। कोई कह रहा है क्योंकि धार्मिक मुद्दा बड़ा पंजाब दे विच पहले ही चल रहा, इनू असीं धार्मिक मुद्दा मान के चलीए कि जां फिर ये कोई सोशली है जां फिर कोई कोई किसी चीज़ नूं लैके होए झड़पे? ये ना तो धार्मिक मुद्दा है ना सोशल मुद्दा है, ये सिर्फ मुद्दा ये है कि आपस च गवां जिहड़ियां हैं वो डेरे दे नाल नाल चल के आंदियां हैं, उहदे च इनकनवीनियंस हुंदी है। हुण 2,500-3,000 गवां आन ते उहनां नूं पास थ्रू करन लई 3-4 घंटे लगदे हैं, धीरे धीरे चलदियां ते इनकनवीनियंस हुंदी है दोनों पार्टियां नूं। ते पहलां भी 2-3 साल पहलां भी इहनां दी आपस च तू तू मैं मैं झड़प हुई है ते बिच बह के राजीनामा हो जाता सीगा हमेशा, लेकिन इस बारी कुछ दोनों पासों दोनों पार्टियां वालों कुछ शरारती आंसर सीगे जिन्होंने माहौल थोड़ा खराब करने की कोशिश की। अच्छा तुसी हुण मिल के आए हो उन्हां नूं, की हुण बदले की गल हो रही है कि फिर लड़ाई झगड़े की गल हो रही, क्योंकि मीटिंग्स दोवां पासे लगातार उन्हां दी आपस दे विच चल रही ने, हुण वो की कह रहे हैं? वो राजीनामा कह रहे हैं, समझौता कह रहे हैं कि जां फिर की उन्होंने मन दे विच की चल रहा? देखिए मन दे विच की चल रहा है तो वही जानन, साड़ी कानूनी कार्रवाई चल रही है, FIR इज़ बीइंग रजिस्टर्ड, ऑडियो विजुअल्स जिहड़ी लोगों ने खिंचिया है साढ़े कोल पईआं, बंदे आइडेंटिफाई किए जा रहे हैं, एंड एवरी जिहड़ा जिहड़ा दोषी होगा जिस तिर दा होगा न्याय मिलेगा। हुण तक सर FIR किन्नियां दे उपर हो चुकी है दोवां पासिओं? ये हो रही है तो मैं चैक करना पवेगा। कोई हिरासत दे विच किसी दा कोई लिया? हिरासत विच ताईं लेके जाएंगे जब बिल्कुल कन्फर्म्ड होगा इहदा की रोल सीगा। धन्यवाद गलबात कर ली। सो जो पंजाब दे विच माहौल कल क्रिएट किया गया कि गोली चल गई है, लोग जख्मी हो गए ने, लोग मर गए ने, ये चीज़ असी क्लीयर कर देनी चाहते हैं कि किसी की मौत नहीं हुई, जख्मी जरूर हुए ने, भज के जख्मी हुए ने, कुछ डिग पे हुए ने, पर सीधे तौर के उपर यह गल जरूर पुलिस कहती है कि असी इमीजिएटली ऑर्डर दे दिते सी कि लाठीचार्ज कर दिओ, इन्हां नूं आपस दे विच ना भिड़न दिओ। तो लाठीचार्ज कल बड़े जबरदस्त तरीके दे नाल उत्थे होया भी है, तो जे लाठीचार्ज ना हुंदा तां शायद माहौल कल दा उत्थे होर हुंदा, अज कुछ होर हुंदा, पर आपस दे विच हुण कहिंदे ने कि दोवें पार्टियां जिहड़ियां ने, दोवें धिरां जिहड़ियां ने वो शांत ने, आपस दे विच मीटिंग्स चल रहियां ने, तो पुलिस दा जोर लगा होया कि अजिही घटना जिहड़ी है दुबारा तो इत्थे ना वापरे। कैमरामैन मनीष दे नाल मनदीप सिंह, डेली पोस्ट पंजाबी, ब्यास।